ਅੱਤ ਦੀ ਗਰਮੀ ਨੇ ਲੋਕਾਂ ਨੂੰ ਕੀਤਾ ਬੇਹਾਲ। 44 ਡਿਗਰੀ ਪਹੁੰਚਿਆ ਪਾਰਾ। ਹੀਟ ਵੇਵ ਦੇ ਮੱਦੇਨਜ਼ਰ ਅਲਰਟ ਜਾਰੀ। ਗਰਮੀ ਤੋਂ ਬਚਣ ਲਈ ਹਦਾਇਤਾਂ ਕੀਤੀਆਂ ਜਾਰੀ। ਦੇਸ਼ ਭਰ 'ਚ ਲਗਾਤਾਰ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ। ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਜ਼ਿਆਦਾ ਰਿਕਾਰਡ ਕੀਤਾ ਜਾ ਰਿਹਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਲਗਾਤਾਰ ਗਰਮੀ ਵੱਧ ਰਹੀ ਹੈ ਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਤਾਪਮਾਨ ਦਾ ਦੱਸ ਦਿੰਦੇ ਹਾਂ, ਮਾਨੇ 44 ਡਿਗਰੀ ਰਿਕਾਰਡ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ 1 ਤੋਂ 2 ਡਿਗਰੀ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਗਿਆਨੀਆਂ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਅਤੇ ਲੋਕਾਂ ਨੂੰ ਸਿੱਧੀ ਗਰਮੀ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਦੱਸਦੇ ਕਿ ਗਰਮੀ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜਿਆ ਅਤੇ ਘਰਾਂ ਤੋਂ ਬਾਹਰ ਆਉਣ ਵਾਲੇ ਲੋਕਾਂ ਨੂੰ ਗਰਮੀ ਦੇ ਨਾਲ ਬੁਰੀ ਤਰ੍ਹਾਂ ਜੂਝਣਾ ਪੈ ਰਿਹਾ ਹੈ ਤੇ ਉਹਨਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਮੈਂ ਕਿਹਾ ਸਰ, ਬੜਾ ਬੁਰਾ ਹਾਲ ਹੋਇਆ ਹੋਇਆ, ਸਪੈਸ਼ਲੀ ਜਿਹੜੇ ਛੋਟੇ ਬੱਚੇ ਸਕੂਲਾਂ ਦੇ ਨੇ। ਮੈਂ ਜਿਹੜੀ ਗੱਲ ਕਰ ਰਿਹਾ ਉਸ, ਕਿਉਂਕਿ ਮੈਂ ਸਕੂਲ ਚੱਲਣਾ, ਮੈਂ ਸਕੂਲ ਦਾ ਰਿਲੇਟਡ ਕਰੂੰਗਾ ਤੇ ਇਸੇ ਕਰਕੇ ਮੈਂ ਆਪਣੇ ਸਕੂਲ ਦਾ ਟਾਈਮ ਵੀ ਚੇਂਜ ਕੀਤਾ ਹੈ। ਸਵੇਰੇ 7 ਵਜੇ ਤੋਂ ਲੈ ਕੇ 11:30 ਤੱਕ ਟਾਈਮ ਰੱਖ ਲਿਆ ਇਹ ਬੱਚੇ ਇਹ ਗਰਮੀ ਪਿੱਛੇ, ਕਿਉਂਕਿ ਜਾਨ ਹੈ ਤਾਂ ਜਹਾਨ ਹੈ। ਜੇ ਬੱਚੇ ਰਹਿਣਗੇ ਤਾਂ ਪੜ੍ਹਾਈ ਤਾਂ ਹੋ ਹੀ ਜਾਏਗੀ ਜੀ, ਪਰ ਸਰਕਾਰ ਨੂੰ ਵੀ ਚਾਹੀਦਾ ਗਰਮੀ ਵਾਸਤੇ ਕੁਛ ਨਾ ਕੁਛ ਇੱਦਾਂ ਦਾ ਅਰੇਂਜਮੈਂਟ ਕਰੇ ਕਿ ਤਾਂ ਕਿ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੇ। ਇੱਕ ਤਾਂ ਲਾਈਟ ਦਾ ਕੱਟ ਬਿਲਕੁਲ ਹੀ ਬੰਦ ਹੋ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ, ਕਿਉਂਕਿ ਇਹ ਬੜਾ ਔਖਾ ਹੋ ਰਿਹਾ ਲੋਕਾਂ ਵਾਸਤੇ। ਕਿਸ ਤਰ੍ਹਾਂ ਦੇ ਆਪਾਂ ਨੂੰ ਬਚਾਓ ਕਿੱਦਾਂ ਕਰਨਾ ਚਾਹੀਦਾ? ਦੇਖੋ, ਬੱਚਿਆਂ ਨੂੰ ਜਿਹੜਾ ਵੀ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਿਕੁਇਡ ਲੈਣਾ ਚਾਹੀਦਾ, ਪਾਣੀ ਪੀਣਾ ਚਾਹੀਦਾ, ਸਿਰ 'ਚ ਰੁਮਾਲ ਰੁਮੂਲ ਰੱਖ ਕੇ ਰੱਖੋ ਤਾਂ ਕਿ ਲੂ ਨਾਲ ਇਫੈਕਟ ਨਾ ਪਏ ਕਿਸੇ ਤਰ੍ਹਾਂ ਦਾ ਵੀ। ਤਾਂ ਮੈਂ ਤਾਂ ਇਹ ਕਹੂੰਗਾ ਕਿ ਜਿੰਨਾ ਬਚਾਅ ਹੋ ਸਕਦਾ ਬਚਾਓ 'ਚ ਉਹੀ ਹੈ। ਗਰਮੀ ਇਸ ਟਾਈਮ 45-46 ਡਿਗਰੀ ਟੈਂਪਰੇਚਰ ਮੇ ਵੀ ਹੋਣਾ ਅਤੇ ਮੇਰੇ ਹਿਸਾਬ ਨਾਲ ਗਰਮੀ 'ਚ ਹੋਰ ਬਾਹਰ ਦੀਆਂ ਚੀਜ਼ਾਂ ਪੀਣ ਨਾਲੋਂ ਆਪਾਂ ਨੂੰ ਇਹ ਨੈਚੁਰਲ ਚੀਜ਼ ਜਿਹੜਾ ਬਿਲ ਦਾ ਜੂਸ ਪੀ ਲੈਣਾ ਚਾਹੀਦਾ ਅਤੇ ਚੰਗਾ ਵਾ ਸਿਹਤ ਲਈ, ਦਿਮਾਗ ਲਈ ਵੀ, ਆਪਣੇ ਲਈ ਠੰਡਾ ਹੁੰਦਾ। ਮੈਂ ਜੀ ਜੋਬ ਕਰਦਾ, ਮੈਂ ਜਿੰਨੀ ਗਰਮੀ ਪੈਂਦੀ ਬਾਹਰ ਨਿਕਲਣਾ ਪੈਂਦਾ। ਗਰਮੀ 'ਚ ਹੁਣ ਕੰਮ ਲਈ ਹਰ ਬੰਦੇ ਨੂੰ ਜਾਣਾ ਪੈਣਾ, ਜਿੱਥੇ ਜਾਣ ਦੀ ਲੋੜ ਜਾਣਾ ਹੀ ਪੈਣਾ, ਪਰ ਇਹ ਵੀ ਜਿੱਥੋਂ ਨਿਕਲੇ ਹਾਂ ਕੰਮ ਦੇ ਲਈ ਘਰ ਵੀ ਜਾਣਾ, ਕੰਮ ਵੀ ਜਾਣਾ, ਹਰ ਚੀਜ਼ ਜ਼ਰੂਰ, ਸਾਰੇ ਕੰਮ ਜ਼ਰੂਰੀ ਨੇ। ਇੰਨੀ ਗਰਮੀ ਪੈ ਰਹੀ ਹੈ, ਕਿੰਨਾ ਕੁ ਪਾਣੀ ਪੀ ਲੈਂਦੇ ਦਿੰਦੇ ਵਿੱਚ? ਗਰਮੀ 'ਚ ਇਸ ਗਰਮੀ 'ਚ ਘੱਟੋ ਘੱਟ 4-5 ਲੀਟਰ ਪਾਣੀ ਡੇਲੀ ਦਾ ਚਾਹੀਦਾ। ਜਿਸ ਹਿਸਾਬ ਦੀ ਗਰਮੀ ਪੈ ਰਹੀ ਹੈ, ਬੋਡੀ ਇੰਨੀ ਜ਼ਿਆਦਾ ਡੀਹਾਈਡਰੇਟ ਹੋ ਜਾਂਦੀ ਹੈ, ਪਾਣੀ ਜ਼ਰੂਰਤ ਬਹੁਤ ਜ਼ਿਆਦਾ ਹੈਗੀ, ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਬਹੁਤ ਬੁਰੇ ਹਾਲ ਨੇ। ਮੇਰਾ ਨਾਮ ਭਾਅ ਜੀ ਜਤਿੰਦਰ ਕੁਮਾਰ ਜੀ, ਮੈਂ ਭਾਅ ਜੀ CMC ਹੋਸਪਿਟਲ ਤੋਂ ਆ ਰਿਹਾ ਜੀ, ਉੱਥੇ ਫਾਦਰ ਸਾਹਿਬ ਮੇਰੇ ਐਡਮਿਟ ਆ। ਮੈਂ ਭਾਅ ਜੀ ਆਪਣੇ ਘਰ ਹੀ ਆ ਰਿਹਾ, ਗਰਮੀ ਦਾ ਬਹੁਤ ਪੈ ਰਹੀ ਭਾਅ ਜੀ, ਬਹੁਤ ਬੁਰੇ ਹਾਲ ਆ। ਬਾਹਰ ਨਿਕਲੋ ਬਸ ਬੋਲੇ ਸੁੱਕਦੇ, ਜੂਸ ਦਾ ਹੀ ਸਹਾਰਾ ਵਾ, ਪਾਣੀ ਬਸ ਪਾਣੀ ਨਾਲ। ਕਿੰਨਾ ਕੁ ਪਾਣੀ ਪੀ ਜਾ ਰਹੇ ਹੋ? ਦੋ ਬਸ ਭਾਅ ਜੀ, ਇੱਥੋਂ ਨਿਕਲੇ ਪਹਿਲਾਂ ਕਿ ਜੂਸ ਪੀਤਾ, ਹੁਣ ਫੇਰ ਆ ਕੇ ਜੂਸ, ਬਸ ਮੂੰਹ ਸੁੱਕੀ ਜਾ ਰਿਹਾ ਭਾਅ ਜੀ। ਗਰਮੀ ਬਹੁਤ ਜ਼ਿਆਦਾ ਪੈ ਰਹੀ, ਬਹੁਤ ਜ਼ਿਆਦਾ, ਬਹੁਤ ਗਰਮੀ ਹੈ। ਵੈਸੇ ਮੂਕ ਮੇ ਅਗਰ ਕਵਰ ਕਰਕੇ ਨਾ ਜਾਓ ਤੋ ਬਹੁਤ ਹਵਾ ਚੱਲ ਰਹੀ ਹੈ, ਹਵਾ ਕੇ ਸਾਥ ਬਹੁਤ ਲੂ ਚੱਲ ਰਹਾ ਹੈ, ਇੱਕ ਮਿੰਟ ਵੀ ਖੜੇ ਨਹੀਂ ਹੋ ਸਕਤੇ ਖਾਲੀ ਮੇ, ਬਹੁਤ ਦਿੱਕਤ ਹੋ ਰਹੀ ਹੈ। ਇਸ ਪਹਿਲੇ ਪਿਛਲੇ ਹਫ਼ਤੇ ਮੈਂ ਇਤਨੇ ਗਰਮੀ ਨਹੀਂ ਥੇ, ਹਾਂ ਬਹੁਤ ਜ਼ਿਆਦਾ ਗਰਮੀ। ਮੂਕ ਮੇ ਤੋ ਵੈਸੇ ਹੀ ਕਵਰ ਕਰਕੇ ਜਾਣਾ ਹੈ ਕੋਟਨ ਕੇ ਕੱਪੜੇ ਸੇ, ਫਿਰ ਤੋ ਸਨਗਲਾਸ ਵਗੈਰਾ, ਫਿਰ ਗਲਵਸ ਵਗੈਰਾ, ਸਾਰੇ ਕੁਛ। ਬਹੁਤ ਕੰਮ ਨਾ ਹੋਏ ਤੋ ਜ਼ਰੂਰੀ ਨਹੀਂ ਹੈ ਤੋ ਫਿਰ ਬਾਹਰ ਨਹੀਂ ਨਿਕਲਤੇ ਹੈ। ਡਾਕਟਰ ਬੋਲਦੇ ਬਾਹਰ ਮਤ ਨਿਕਲੋ, ਖਾਸ ਇਸ ਮੌਸਮ ਹੈ, ਡੀਹਾਈਡਰੇਸ਼ਨ ਕੀ ਜ਼ਿਆਦਾ ਪ੍ਰੋਬਲਮ ਰਹਿਤੀ ਹੈ, ਜਾਂ ਵੈਦਰ ਦਾ ਪਾਣੀ ਪੀਓ, ਨਮਕੀਨ ਪਾਣੀ, ਸ਼ਿਕਾਇਮੀ ਜੈਸੇ ਜ਼ਿਆਦਾ ਬੇਲ ਕਾ ਪਾਣੀ ਪੀਓ। ਹਾਂਜੀ, ਬਹੁਤ ਪਾਣੀ ਪੀਣਾ ਚਾਹੀਏ, ਕਿਉਂਕਿ ਅਗਰ ਪਾਣੀ ਨਾ ਪੀਏ ਤੋ ਬਹੁਤ ਦਿੱਕਤ ਹੋਤੀ ਹੈ, ਸਰੀਰ ਮੇ ਐਸੇ ਹੀ ਘਬਰਾਹਟ ਸ਼ੁਰੂ ਹੋ ਜਾਤੇ ਹੈ ਬਹੁਤ। ਡਾਕਟਰ ਰਜੇਸ਼ ਸ਼ਰਮਾ ਦੇ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਗਰਮੀ ਤੋਂ ਬਚਣ
ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਪ੍ਰਯੋਗ ਕਰਨ ਤੇ ਘਰ ਤੋਂ ਬਾਹਰ ਨਾ ਨਿਕਲਣ। ਜੇਕਰ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਉਹ ਘਰ ਤੋਂ ਬਾਹਰ ਨਿਕਲਣ, ਤਾਂ ਉਸ ਵੇਲੇ ਵੀ ਛਤਰੀ ਦਾ ਉਪਯੋਗ ਕਰਨ ਅਤੇ ਮਾਸਕ ਲਗਾ ਕੇ ਅਤੇ ਪੂਰਾ ਮੂੰਹ ਢੱਕ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖ ਕੇ ਫਿਰ ਹੀ ਘਰੋਂ ਬਾਹਰ ਨਿਕਲਣ ਅਤੇ ਗਰਮੀ ਤੋਂ ਬਚਣ। ਅੱਜ ਕੱਲ੍ਹ ਟੈਂਪਰੇਚਰ ਬਹੁਤ ਹਾਈ ਹੋ ਗਿਆ ਹੈ, ਹੈ ਨਾ, ਅਤੇ ਜਿਸ ਤਰ੍ਹਾਂ ਹੀ ਟੈਂਪਰੇਚਰ ਵੱਧਦਾ ਹੈ ਉਹਦਾ ਸਾਡੇ ਸਰੀਰ ਦੇ ਉੱਤੇ ਬਹੁਤ ਇੱਕ ਖਾਸ ਕਿਸਮ ਦਾ ਅਸਰ ਪੈਂਦਾ ਹੈ। ਅਤੇ ਟੈਂਪਰੇਚਰ ਵਧਣ ਨਾਲ ਸਭ ਤੋਂ ਜ਼ਿਆਦਾ ਬੋਡੀ ਦੇ ਵਿੱਚ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ, ਅਤੇ ਇਕੱਲਾ ਪਾਣੀ ਹੀ ਨਹੀਂ ਘੱਟਦਾ, ਇਸ ਤੋਂ ਇਲਾਵਾ ਜਿਹੜੇ ਸਾਡੀ ਬੋਡੀ ਦੇ ਅੰਦਰ ਕੁਝ ਖਾਸ ਸਾਲਟਸ ਹੁੰਦੇ ਨੇ, ਨਮਕ ਹੁੰਦੇ ਨੇ, ਉਹ ਵੀ ਘੱਟ ਜਾਂਦੇ ਨੇ, ਅਤੇ ਇਹਨਾਂ ਦੀ ਕਮੀ ਸਾਡੇ ਸਰੀਰ ਦੇ ਸਾਰੇ ਔਰਗਨਸ ਦੇ ਉੱਤੇ ਪੈਂਦੀ ਹੈ। ਅਤੇ ਜੇ ਅਸੀਂ ਗੱਲ ਕਰੀਏ ਗਰਮੀ ਦੇ ਨਾਲ ਜਿਹੜੀਆਂ ਕਾਮਨ ਪ੍ਰੋਬਲਮਸ ਆਉਂਦੀਆਂ ਨੇ, ਜਿੱਦਾਂ ਸਕਿਨ ਰੈਸ਼, ਹੀਟ ਐਗਜੋਸਟਨ ਐਂਡ ਹੀਟ ਸਟ੍ਰੋਕ, ਅਤੇ ਇਹ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਇਹ ਆਪਣੀ ਹੈਲਥ ਨੂੰ ਸਿੰਪਲ ਪ੍ਰੋਬਲਮ ਤੋਂ ਲੈ ਕੇ ਜਾਨਲੇਵਾ ਤੱਕ ਸਾਬਤ ਹੋ ਸਕਦੀਆਂ ਨੇ। ਤਾਂ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਖਾਸ ਮਰੀਜ਼ਾਂ ਦੇ ਵਿੱਚ, ਜਿਸ ਤਰ੍ਹਾਂ ਕਿਸੇ ਨੂੰ ਮੰਨ ਲਓ ਹਾਰਟ ਦੀ ਪ੍ਰੋਬਲਮ ਹੈ, ਸ਼ੂਗਰ ਦੇ ਮਰੀਜ਼ ਨੇ, ਬ੍ਰੇਨ ਡਿਸੀਜ਼ ਨੂੰ ਤੋਂ ਸਫ਼ਰ ਕਰ ਰਹੇ ਨੇ, ਅਤੇ ਉਸ ਤਰ੍ਹਾਂ ਦੇ ਮਰੀਜ਼ਾਂ ਵਿੱਚ ਡੀਹਾਈਡਰੇਸ਼ਨ ਅਤੇ ਇਲੈਕਟ੍ਰੋਲਾਈਟ ਇਮਬੈਲੈਂਸ ਕਰਕੇ ਕੰਡੀਸ਼ਨ ਵਿਗੜ ਸਕਦੀ ਹੈ, ਅਤੇ ਕਈ ਵਾਰੀ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਅਤੇ ਜੇ ਅਸੀਂ ਬ੍ਰੇਨ ਡਿਸੀਜ਼ ਦੀ ਗੱਲ ਕਰੀਏ ਤਾਂ ਡੀਹਾਈਡਰੇਸ਼ਨ ਦੇ ਨਾਲ ਸੈਰੀਬਰਲ ਵੀਨਸ ਥ੍ਰੋਮਬਸ ਬਣਨ ਦਾ, ਜਿਹਨੂੰ ਅਸੀਂ CVT ਕਹਿੰਦੇ ਹਾਂ, ਉਹਦੇ ਚਾਂਸਸ ਕਾਫੀ ਵੱਧ ਜਾਂਦੇ ਨੇ। ਇਹ ਇੱਕ ਤਰ੍ਹਾਂ ਦਾ ਸਟ੍ਰੋਕ ਹੁੰਦਾ ਹੈ ਜਿਹਦੇ 'ਚ ਆਪਣਾ ਵੇਨਸ ਜਿਹੜੀਆਂ ਬ੍ਰੇਨ ਤੋਂ ਬਲੱਡ ਨੂੰ ਵਾਪਸ ਹਾਰਟ ਤੱਕ ਲੈ ਕੇ ਆਉਂਦੀਆਂ ਨੇ, ਉਹਨਾਂ 'ਚ ਬਲੋਕੇਜ ਹੋ ਸਕਦੀ ਹੈ, ਅਤੇ ਇਹ ਇੱਕ ਤਰ੍ਹਾਂ ਦਾ ਸਟ੍ਰੋਕ ਹੁੰਦਾ ਹੈ ਜਿਹੜੀ ਪੇਸ਼ੈਂਟ ਦੀ ਲਾਈਫ ਦੇ ਉੱਤੇ ਵੀ ਰਿਸਕ ਪਾ ਸਕਦਾ। ਇਹਦੇ ਨਾਲ ਜੀ ਡੀਹਾਈਡਰੇਸ਼ਨ ਹੋਣ ਦੇ ਨਾਲ ਸਭ ਤੋਂ ਪਹਿਲੇ ਆਪਣੇ ਬੋਡੀ ਦੇ ਵਾਈਟਲਸ ਔਰਗਨ, ਕਿਸੇ ਵੀ ਔਰਗਨ ਦੇ ਉੱਤੇ ਅਸਰ ਪੈ ਜਾਂਦਾ ਹੈ। ਜੇ ਅਸੀਂ ਸਿੰਪਲ ਗੱਲ ਕਰੀਏ ਸਕਿਨ ਤੋਂ, ਸਕਿਨ ਦੇ ਉੱਤੇ ਅਸਰ ਪੈ ਸਕਦਾ ਹੈ, ਸਕਿਨ ਰੈਸ਼, ਸਕਿਨ ਬਰਨਸ ਹੁੰਦੇ ਨੇ। ਇਸ ਤੋਂ ਇਲਾਵਾ ਡੀਹਾਈਡਰੇਸ਼ਨ ਹੋਣ ਦੇ ਨਾਲ, ਜਿਹਨੂੰ ਅਸੀਂ ਸਿੰਪਲ ਲੈਂਗੁਏਜ ਕਹਿੰਦੇ ਹਾਂ ਕਿ ਸਰੀਰ ਦੇ ਅੰਦਰ ਪਾਣੀ ਦੀ ਕਮੀ ਆ ਗਈ, ਉਹਦੇ ਨਾਲ ਆਪਣੀ ਬੋਡੀ ਦੇ ਸਾਰੇ ਵਾਈਟਲ ਫੰਕਸ਼ਨਸ ਦੇ ਉੱਤੇ ਇਫੈਕਟ ਪੈਂਦਾ ਹੈ, ਮਸਲ ਕ੍ਰੈਮਪਸ ਹੋ ਸਕਦੇ ਨੇ, ਅਸੀਂ ਲਥਾਰਜਿਕ ਕਮਜ਼ੋਰ ਮਹਿਸੂਸ ਕਰਦੇ ਹਾਂ। ਤੋ ਇਸ ਤੋਂ ਇਲਾਵਾ ਪੇਸ਼ੈਂਟ ਅਨਕੌਨਸ਼ੀਅਸ ਵੀ ਹੋ ਸਕਦਾ ਜੇ ਪਾਣੀ ਦੀ ਮਾਤਰਾ ਘੱਟ ਜੇ। ਅਤੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਦੱਸਿਆ ਕਿ ਪੇਸ਼ੈਂਟ ਜਿਨ੍ਹਾਂ ਨੂੰ ਕਿਡਨੀ ਦੀ ਪ੍ਰੋਬਲਮ ਹੈ, ਹਾਰਟ ਦੀ ਪ੍ਰੋਬਲਮ ਹੈ, ਉਹਨਾਂ ਦੇ ਵਿੱਚ ਇਹ ਜ਼ਿਆਦਾ ਜਾਨਲੇਵਾ ਸਾਬਤ ਹੋ ਸਕਦਾ। ਇਹਦਾ ਜੀ ਬਚਾਅ ਦਾ ਸਭ ਤੋਂ ਸਿੰਪਲ ਤਰੀਕਾ ਇਹ ਹੈ ਕਿ ਅਸੀਂ ਆਪਣੇ ਸਰੀਰ ਨੂੰ ਐਡੀਕੁਏਟਲੀ ਪ੍ਰੋਪਰ ਵੇ ਦੇ ਵਿੱਚ ਹਾਈਡਰੇਟ ਕਰਕੇ ਰੱਖਣਾ ਹੈ। ਹਾਈਡਰੇਸ਼ਨ ਦਾ ਮਤਲਬ ਹੈ ਕਿ ਅਸੀਂ ਲੀਕੁਇਡਸ, ਫਲੂਇਡ, ਜਿਸ ਤਰ੍ਹਾਂ ਕਿ ਪਾਣੀ ਹੋ ਗਿਆ, ਸ਼ਿਕੰਜਵੀ ਹੋ ਗਈ, ਹੋਰ ਤਰ੍ਹਾਂ ਦੇ ਲੀਕੁਇਡਸ ਹੋ ਗਏ, ਫਰੂਟਸ ਹੋ ਗਏ, ਇਹਨਾਂ ਦਾ ਇਸਤੇਮਾਲ ਕਰ ਸਕਦੇ ਹਾਂ। ਕੁਛ ਖਾਸ ਕਿਸਮ ਦੇ ਪੇਸ਼ੈਂਟ ਜਿੱਦਾਂ ਸ਼ੂਗਰ ਦੇ ਮਰੀਜ਼ ਹੋ ਗਏ, ਉਹਨਾਂ 'ਚ ਸ਼ੂਗਰ ਦੀ ਰਿਸਟ੍ਰਿਕਸ਼ਨ ਰਹੇਗੀ, ਜਿੱਦਾਂ ਕਿਸੇ ਦਾ BP ਜ਼ਿਆਦਾ ਵੱਧਦਾ, ਉਹਨੂੰ ਨਮਕ ਦਾ ਉਸੇ ਹਿਸਾਬ ਨਾਲ ਸੇਵਨ ਕਰਨਾ ਹੈ। ਬਾਕੀ ਹਾਈਡਰੇਸ਼ਨ ਜਿੱਦਾਂ ਅੱਜ ਕੱਲ੍ਹ ORS ਵੀ ਮਿਲ ਜਾਂਦੇ ਨੇ, ਉਹਨਾਂ ਦਾ ਵਰਤੋਂ ਕਰਨਾ ਜ਼ਰੂਰੀ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X ਔਰ WhatsApp ਚੈਨਲ ਪਰ।